रहीम, अस्सलाम वालेकुम। कैसे मेरे बहन भाई? ठीक ठाक होंगे, खुशबाश होंगे। अल्लाह पाक आपको सेहत और तंदुरुस्ती दे। इसी प्यारी सी दुआ के साथ करते हैं वीडियो का आगाज़। वीडियो का आगाज़ करने से पहले छोटी सी रिक्वेस्ट, राशिद अली वीर चैनल सब्सक्राइब लो, बेल लाइक का बटन दबाओ ताकि आने वाली वीडियो का नोटिफिकेशन मेरे बहन भाइयों तक बर वक्त पहुँच सके। तो माशाल्लाह जी, तो करते हैं वीडियो का आगाज़। तो वीडियो जी हैगी अज भी पत्थर की हैगी, अज असी लगे हैं थले ਦੁਕਾਨ ਦੇ ਵਿੱਚ ਲਾਉਣ ਫਰਸ਼, ਅਤੇ ਉਹ ਵੀ ਆਪਣੇ ਭੈਣਾਂ ਭਾਈਆਂ ਨਾਲ ਸ਼ੇਅਰ ਕਰਦੇ ਜਾਈਏ ਪਏ ਆ। ਇਹ ਵੀ ਗੱਲ ਕਰਵਾਈ ਹੈਗੀ ਆ ਮਿਸਤਰੀ, ਅੱਜ ਇੱਥੇ ਕਰਾਂਗੇ ਕੰਮ, ਅਤੇ ਉਹ ਵੀ ਆਪਣੇ ਭੈਣਾਂ ਭਾਈਆਂ ਨਾਲ ਸ਼ੇਅਰ ਕਰਦੇ ਹਾਂ। ਤੋ ਮਾਸ਼ਾਅੱਲਾ ਜੀ, ਵੀਡੀਓ ਸਾਡੇ ਨਾਲ ਜੁੜ ਕੇ ਰਿਹਾ ਜੀ, ਵੀਡੀਓ ਸਕਿਪ ਨਾ ਕਰਿਓ, ਵੀਡੀਓ ਪੂਰੀ ਵਾਚ ਕਰਿਓ। ਮਾਸ਼ਾਅੱਲਾ ਦੇਖ ਸਕਦੇ ਭੈਣ ਭਾਈ ਕਿ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਹੈਗੀਆਂ ਛੱਤਾਂ। ਇਹ ਪੱਕੀਆਂ ਛੱਤਾਂ ਪਈਆਂ ਹੈਗੀਆਂ ਵਾ, ਅਤੇ ਸੀਮਿੰਟ ਦੇ ਪਲੇਟਾਂ ਅਤੇ ਸੀਮਿੰਟ ਦੇ ਗਾਡਰ। ਮਾਸ਼ਾਅੱਲਾ ਬਹੁਤ ਪਿਆਰਾ ਨਿਜ਼ਾਮ ਹੈਗਾ ਵਾ। ਅੱਲਾ ਪਾਕ ਉਹਨਾਂ ਦੇ ਨਸੀਬ ਕਰੇ ਜਿਨ੍ਹਾਂ ਦਾ ਘਰ ਹੈਗਾ। ਅਤੇ ਇਹ ਦੇਖੋ ਜਿਹੜਾ ਅਸੀਂ ਗੁਜ਼ਾਰ ਛੱਡਿਆ ਸੀਗਾ ਉਹਦੇ ਵਿੱਚੋਂ ਕਿੰਨੀ ਰੁਸ਼ਨਾਈ ਆ ਰਹੀ ਹੈਗੀ ਆ, ਦੇਖ ਸਕਦੇ ਮੇਰੇ ਭੈਣ ਭਾਈ। ਇਹ ਗੁਜ਼ਾਰਸਟ ਜਿਹੜਾ ਛੱਡਿਆ ਗਿਆ ਵਾ, ਇਹਦੇ ਵਿੱਚ ਸਰੀਏ ਲਾਏ ਹੋਏ ਆ ਕਿ ਬੱਚਾ ਕੋਈ ਗਿਰ ਨਾ ਜਾਏ, ਇਸ ਕਰਕੇ। ਅਤੇ ਇੱਧਰ ਹੋਈ ਆ, ਬਹੁਤ ਪਿਆਰਾ ਨਿਜ਼ਾਮ ਬਣਿਆ ਹੈਗਾ ਵਾ। ਅਤੇ ਇੱਧਰ ਸਾਡਾ ਲੱਗਿਆ ਹੋਇਆ ਫੜ ਕੰਮ ਵਾਲਾ, ਅਤੇ ਮਸਾਲਾ ਸਾਡਾ ਬਣਿਆ ਪਿਆ ਹੈਗਾ ਵਾ। ਅਤੇ ਇਹ ਦੇਖੋ, ਇਹ ਸੀਮਿੰਟ ਪਿਆ ਵਾ, ਅਤੇ ਇੱਧਰ ਮਸਾਲਾ ਗੱਟੂਆਂ ਹੀ ਭਰ ਕੇ ਰੱਖਿਆ ਹੋਇਆ, ਉੱਪਰ ਲੈ ਕੇ ਜਾਂਦੇ ਸੀਗੇ, ਇਹ ਗਿਆ ਬਚ, ਅਤੇ ਹੁਣ ਇਹਨੂੰ ਥੱਲੇ ਇਸਤੇਮਾਲ ਕਰਾਂਗੇ। ਅਤੇ ਅਸੀਂ ਇਸ ਕਮਰੇ ਦੇ ਵਿੱਚ ਲੱਗੇ ਹਾਂ ਪੱਥਰ ਲਾਉਣ, ਅਤੇ ਚਾਚੂ ਨੇ ਕਟਾਈ ਕਰਦੇ ਪਏ ਆ। ਇਹ ਦੇਖੋ ਇੰਨੀ ਇੰਨੀ ਜਗ੍ਹਾ ਬਹਿ ਰਹੀ ਹੈਗੀ ਆ, ਅਤੇ ਲੱਭਾ ਖੈਰ ਕਰੇਗਾ ਕਿਉਂਕਿ ਚਾਚੂ ਕਟਾਈ ਕਰਦਾ ਹੈਗਾ ਵਾ, ਮੈਂ ਨਹੀਂ ਕਟਾਈ ਕਰਦਾ ਕਿ ਜਿਹੜਾ ਵਾ ਉਹ ਕਟਾਈ ਕਰਦੇ ਕਿਉਂਕਿ ਤਬੀਅਤ ਖਰਾਬ ਰਹਿੰਦੀ ਨਾ ਇਸ ਕਰਕੇ। ਅਤੇ ਵਜ਼ਨੀ ਕੰਮ ਫਿਰ ਚਾਚੂ ਕਰ ਲੈਂਦਾ ਹੈਗਾ, ਹਲਕੇ ਕੰਮ ਦੇ ਉੱਤੇ ਮਿਲਾ ਦਿੰਦੇ ਹੈਗੇ ਆ। ਤੋ ਮਾਸ਼ਾਅੱਲਾ ਜੀ, ਬਾਕੀ ਲਾਉਂਦੇ ਹਾਂ ਪੱਥਰ, ਉਹ ਵੀ ਆਪਣੇ ਭੈਣਾਂ ਭਾਈਆਂ ਨਾਲ ਸ਼ੇਅਰ ਕਰਦੇ ਇਨਸ਼ਾਅੱਲਾ ਤਾਲਾ। ਹੁਣ ਪਟਾਈ ਸਾਡੀ ਮੁਕੰਮਲ ਹੋ ਗਈ ਸੀਗੀ, ਅਤੇ ਪੱਥਰ ਲਾ ਰਹੇ ਹੈਗੀਆਂ, ਦੇਖ ਸਕਦੇ ਮੇਰੇ ਭੈਣ ਭਾਈ ਕਿ ਧਮਾਲੀਆਂ ਲੱਗ ਗਈਆਂ ਹੈਗੀਆਂ ਸਾਈਡ ਦੀਆਂ, ਸਾਈਡ ਦੀਆਂ ਧਮਾਲੀਆਂ ਲਾ ਕੇ। ਇੱਧਰ ਪੰਖਾ ਚਲਾ ਕੇ ਦਿੱਤਾ ਹੋਇਆ ਮਿਸਤਰੀ ਸਾਹਿਬ ਨੂੰ, ਅਤੇ ਇੱਧਰ ਆ ਭਾਈ ਹੋਣੀ ਖੜ੍ਹੇ ਆ ਜਿਨ੍ਹਾਂ ਦਾ ਅਸੀਂ ਕੰਮ ਕਰਦੇ ਪਏ ਹਾਂ। ਅਤੇ ਇੱਧਰ ਮਸਾਲਾ ਵਿਛ ਗਿਆ ਹੈਗਾ ਵਾ ਸੀਮਿੰਟ। ਮਿਸਤਰੀ ਸਾਹਿਬ ਬਹੁਤ ਸਪੀਡ ਨਾਲ ਹੀ ਭੱਜੇ ਹੀ ਫਿਰਦੇ ਆ, ਦੇਖੋ ਕੀ ਕਰਦੇ ਆ ਮਿਸਤਰੀ ਸਾਹਿਬ, ਕੀ ਹੋ ਗਿਆ? ਲੱਤ ਨੂੰ ਰੱਸੀ ਪਾ ਕੇ ਬੰਨਣਾ ਪਊਗਾ। ਹੈਲੋ ਜੀ, ਹੈਲੋ ਹੈਲੋ, ਮੈਂ ਨਾਲ ਨਾਲ ਤੁਹਾਡੀ ਵੀਡੀਓ ਬਣਾਈ ਜਾਂਦਾ, ਅਤੇ ਨਾਲ ਨਾਲ ਜਿਹੜਾ ਵਾ ਅਸੀਂ ਇਸ ਤਰੀਕੇ ਨਾਲ ਜਿਹੜਾ ਵਾ ਇਹਨਾਂ ਨੂੰ ਚਿਣ ਦਿੱਤਾ ਹੈਗਾ। ਅੰਦਰ ਜਿਹੜਾ ਹੈਗਾ ਵਾ ਛੋਟਾ ਪੀਸ ਜਿਹੜੇ ਹੈਗੇ ਆ, ਇਹ ਸਾਰੇ ਜਿਹੜਾ ਵਾ ਲਾ ਦਿੱਤੇ ਜਾਣਗੇ, ਅਤੇ ਮੁਕੰਮਲ ਪੀਸ ਜਿਹੜੇ ਹੈਗੇ ਆ ਇਸ ਤਰੀਕੇ ਨਾਲ ਲਾਣਗੇ। ਮਿਸਤਰੀ ਨੇ ਫੁਰਤੀ ਤਾਂ ਚੰਗੀ ਦਿਖਾਈ ਹੋਈ ਆ, ਬਹੁਤ ਸਪੀਡ ਨਾਲ ਚਿਣੀ ਆ ਰਿਹਾ, ਬਸ ਰਲੇ ਕੰਮ ਹੈਗਾ ਮਿਸਤਰੀ ਦੇ। ਹਾਂਜੀ ਹਾਂਜੀ, ਖਰਾਬ ਹੋਣਾ ਨਹੀਂ ਚਾਹੀਦਾ ਪੀਸ। ਪੱਥਰ ਪਾਈ ਜਾਣ ਤੁਹਾਡੇ ਕੋਲ ਪਿਆ ਵਾ, ਅਤੇ ਮੈਂ ਨਾਲ ਨਾਲ ਤੁਹਾਨੂੰ ਪੱਥਰ ਵੀ ਦੇਈ ਜਾ ਰਿਹਾ ਹੈਗਾ ਮੈਂ। ਲੋ ਬਈ ਜਾਨ, ਪੱਥਰ ਲੋ।
ਦੇਖੋ ਮੰਤਰੀ ਸਾਹਿਬ ਹੁਣ ਬਹੁਤ ਸਪੀਡ ਨਾਲ ਕੰਮ ਕਰਦੇ ਹੈ। ਇਹ ਸਾਡੀ ਅੱਧੀ ਛੱਤ ਉੱਪਰ ਰਹਿੰਦੀ ਸੀਗੀ, ਛੱਤ ਵੀ ਮੁਕੰਮਲ ਕਰਕੇ ਅਤੇ ਅਸੀਂ ਆਏ ਹਾਂ। ਅਤੇ ਲੇਕਿਨ ਛੱਤ ਦੀ ਵੀਡੀਓ ਕੱਲ੍ਹ ਬਣਾਈ ਸੀਗੀ ਅਤੇ ਅੱਜ ਅਸੀਂ ਬਣਾ ਰਹੇ ਹਾਂ ਦੁਕਾਨ ਦੀ ਵੀਡੀਓ। ਇਹ ਦੁਕਾਨ ਹੈਗੀ ਆ ਅਤੇ ਬਾਹਰੋਂ ਫਰੰਟ ਦੇ ਉੱਤੇ ਫਿਰ ਲੱਗੇਗਾ ਸਾਡਾ ਸ਼ਟਰ ਵੀ ਲੱਗੇਗਾ, ਅਸੀਂ ਲਵਾਵਾਂਗੇ ਅਤੇ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਇਨਸ਼ਾਅੱਲਾ ਤਾਲਾ। ਤੋ ਮਾਸ਼ਾਅੱਲਾ ਜੀ ਦੇਖ ਸਕਦੇ ਹਾਂ ਭੈਣ ਭਾਈ ਕਿ ਬਾਹਰ ਹਨੇਰਾ ਵੀ ਹੋ ਗਿਆ ਅਤੇ ਰਾਤ ਵੀ ਕਾਫੀ ਆ ਅਤੇ ਮਜ਼ਦੂਰ ਵੀ ਅਤੇ ਮਿਸਤਰੀ ਵੀ ਦੇ ਹੋਏ ਆ ਕੰਮ ਕਰਨ ਅਤੇ ਇੱਧਰ ਚਾਚਾ ਜੀ ਹੁਣ ਦੇਖ ਰਹੇ ਆ ਬਾਹਰੋਂ ਦੀ ਪੱਥਰ ਲਿਆ ਕੇ ਆਏ ਆ ਅਤੇ ਖੈਰ ਕਰੇਗਾ। ਪੱਥਰ ਵੀ ਸਾਡਾ ਐਂਡ ਲੱਗ ਗਿਆ ਵਾ, ਤਕਰੀਬਨ ਕੰਪਲੀਟ ਹੋ ਚੱਲਿਆ ਵਾ ਅਤੇ ਥੋੜ੍ਹਾ ਜਿਹਾ ਰਹਿ ਗਿਆ ਵਾ, ਬਾਕੀ ਤਕਰੀਬਨ ਕੰਪਲੀਟ ਹੋ ਚੁੱਕਿਆ ਵਾ। ਮਸਾਲਾ ਬਣਾਉਣਾ ਪਊਗਾ, ਦੇਖਦੇ ਹਾਂ ਲਵਾ ਲਓ ਨਾ ਮਿਸਤਰੀ ਸਾਹਿਬ ਕਹਿੰਦੇ ਵੀ ਮਸਾਲਾ ਹੋ ਜਾਂਦਾ ਨਾ। ਖੈਰ ਲਓ ਅਤੇ ਲੱਪਾ ਖੈਰ ਕਰੇਗਾ ਜੀ। ਦੇਖੋ ਲੱਗ ਰਿਹਾ ਪੱਥਰ ਅਤੇ ਮਿਸਤਰੀ ਦੇਖੋ ਹੁਣ ਹਨੇਰਾ ਹੋ ਗਿਆ ਨਾ ਅਤੇ ਮਿਸਤਰੀ ਨੇ ਵੀ ਫੁਰਤੀ ਫੜ ਲਈ ਹੈ ਕਿਉਂਕਿ ਰਾਤ ਨੂੰ ਪੱਥਰ ਲਾ ਰਿਹਾ ਮਿਸਤਰੀ, ਕਿਉਂਕਿ ਮਸਾਲਾ ਸਾਡਾ ਵੱਧ ਗਿਆ ਸੀਗਾ ਅਤੇ ਕਹਿੰਦੇ ਵੀ ਓਵਰ ਟਾਈਮ ਲਾ ਕੇ ਅਤੇ ਜਿਹੜਾ ਵਾ ਇਹਨੂੰ ਕੰਪਲੀਟ ਕਰੀਏ ਸਾਰਾ ਜਿਹੜਾ ਵਾ। ਆਹ ਦੇਖੋ ਮਾਸ਼ਾਅੱਲਾ ਜੀ ਮਾਸ਼ਾਅੱਲਾ, ਜੀ ਜੀ ਭਾਈ ਜਾਨ ਕੰਮ ਤੋਂ ਕਰਨਾ ਹੈ ਨਾ। ਹਾਂਜੀ ਜੀ 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 ਉੱਪਰ ਬਾਲਾ ਰੱਖ ਕੇ ਸੱਟ ਮਾਰ ਦਿੰਦੀ ਆ ਅਤੇ ਇੱਕੋ ਜਿਹਾ ਕਰਨਾ ਪੈਂਦਾ ਵਾ। ਇਹ ਦੇਖੋ ਇਹ ਸਾਰੀ ਧਮਕ ਜਿੰਨੀ ਮਿਲੀ ਹੈਗੀ ਆ ਇਹ ਸਾਰੀ ਬਾਲੇ ਦੀ ਹੈਗੀ ਆ, ਬਾਲ ਕੇ ਬਾਲੇ ਨਾਲ ਇਹਨੂੰ ਕੁੱਟਣਾ ਪੈਂਦਾ ਵਾ, ਕੁੱਟ ਕੇ ਅਤੇ ਫਿਰ ਜਿਹੜਾ ਵਾ ਇੱਕੋ ਜਿਹਾ ਕਰਨਾ ਪੈਂਦਾ ਪਾਉਣਾ ਪੈਂਦਾ ਹੈਗਾ ਵਾ। ਅਤੇ ਮਾਸ਼ਾਅੱਲਾ ਜੀ ਕੰਮ ਸਾਡਾ ਹੋ ਗਿਆ ਕੰਪਲੀਟ, ਬਿਲਕੁਲ ਕੰਪਲੀਟ ਹੋ ਗਿਆ। ਮਿਸਤਰੀ ਨੇ ਤਾਂ ਬਹਿਜਾ ਬਹਿਜਾ ਕਰਾ ਦਿੱਤੀ, ਬਹੁਤ ਹੀ ਕੰਮ ਟਾਈਟ ਹੋ ਗਿਆ ਕਿ ਰਾਤ ਲਾ ਕੇ ਕਮਰੇ ਦਾ ਪੱਥਰ ਕੱਢ ਦਿੱਤਾ ਹੈਗਾ ਕਿ ਜਿਹੜਾ ਵਾ ਦੁਬਾਰਾ ਨਹੀਂ ਜਿਹੜਾ ਵਾ ਤਰਾਈ ਕਰਨੀ ਸੌਖੀ ਹੋ ਗਈ ਹੈ। ਬਾਕੀ ਇੱਥੇ ਅਸੀਂ ਵੀਡੀਓ ਦਾ ਐਂਡ ਕਰਦੇ ਹਾਂ। ਵੀਡੀਓ ਸਾਡੀ ਅੱਛੀ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਵਿੱਚ ਲਾਜ਼ਮੀ ਦੱਸਿਓ ਕਿ ਵੀਡੀਓ ਸਾਡੀ ਕੈਸੀ ਲੱਗੀ। ਤਦ ਤੱਕ ਲੈਂਦੇ ਹਾਂ ਭੈਣਾਂ ਭਾਈਆਂ ਕੋਲੋਂ ਇਜਾਜ਼ਤ, ਮਿਲਾਂਗੇ ਇੱਕ ਨੈਕਸਟ ਵੀਡੀਓ ਨਾਲ। ਅੱਲਾ ਹਾਫਿਜ਼।